ਦੋਸਤੋ ਇੰਡੀਆ ਦੇ ਵਿੱਚ ਵੱਧ ਰਹੀ ਬੇਰੁਜ਼ਗਾਰੀ ਅਕਸਰ ਹੀ ਨੌਜਵਾਨੀ ਨੂੰ ਆਊਟ ਆਫ ਕੰਟਰੀ ਨੂੰ ਖਿੱਚਦੀ ਹੈ। ਹਾਂਜੀ ਦੋਸਤੋ, ਹੁਣ ਜਾਈਏ ਕਿਹੜੀ ਕੰਟਰੀ, ਇਹ ਵੀ ਕਈ ਸਵਾਲ ਖੜ੍ਹੇ ਹੋ ਜਾਂਦੇ ਨੇ। ਦੋਸਤੋ, ਕਿਸੇ ਜਗ੍ਹਾ 'ਤੇ ਤਾਂ ਪੈਸੇ ਘੱਟ ਨੇ ਅਤੇ ਕਿਸੇ ਜਗ੍ਹਾ 'ਤੇ ਕੰਮ ਨਹੀਂ ਮਿਲਦਾ ਅਤੇ ਕਈ ਜਗ੍ਹਾ 'ਤੇ PR ਨਹੀਂ ਮਿਲਦੀ। ਇੱਦਾਂ ਹੀ ਕਈ ਕਨਫਿਊਜ਼ਨਾਂ ਹੋ ਜਾਂਦੀਆਂ ਨੇ ਜਦੋਂ ਆਪਾਂ ਬਾਹਰਲੇ ਦੇਸ਼ ਦੀ ਗੱਲ ਕਰਦੇ ਹਾਂ। ਹਾਂਜੀ ਦੋਸਤੋ, ਇਸੇ ਤਰ੍ਹਾਂ ਦੀ ਅੱਜ ਚਰਚਾ ਕਰਨ ਵਾਲੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਲਾਈਵ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜੇਕਰ ਤੁਸੀਂ ਆਪਣੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਬਣੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਅਪਡੇਟ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਆਓ ਦੋਸਤੋ, ਕਰਦੇ ਹਾਂ ਚਰਚਾ ਫਿਰ ਅੱਜ ਦੇ ਇਸ ਵਿਸ਼ੇ ਦੇ। ਦੋਸਤੋ, ਹੁਣ ਤੱਕ ਦਾ ਸਭ ਤੋਂ ਸਹੀ ਅਤੇ ਸਭ ਤੋਂ ਫਿੱਟ ਬੈਠਣ ਵਾਲਾ ਦੇਸ਼ ਪੰਜਾਬੀਆਂ ਦੇ ਲਈ ਕੈਨੇਡਾ ਹੈ, ਕਿਉਂਕਿ ਦੋਸਤੋ ਵੈਸੇ ਵੀ ਕੈਨੇਡਾ ਅੱਧਾ ਪੰਜਾਬ ਬਣ ਚੁੱਕਿਆ ਹੈ ਅਤੇ ਉੱਥੇ ਬਹੁਤ ਸਾਰੇ ਪੰਜਾਬੀ ਆਲਰੇਡੀ ਨੇ ਅਤੇ ਉੱਥੋਂ ਦੇ ਗਵਰਨਮੈਂਟ ਸਿਸਟਮ ਦੇ ਵਿੱਚ ਵੀ ਪੰਜਾਬੀਆਂ ਦਾ ਹੀ ਬੋਲਬਾਲਾ ਹੈ ਅਤੇ ਉੱਥੋਂ ਦੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੇ ਵੀ ਪੰਜਾਬੀ ਹੀ ਨੇ। ਹਾਂਜੀ ਦੋਸਤੋ, ਗੱਲ ਕਰ ਰਹੇ ਹਾਂ ਜਗਮੀਤ ਸਿੰਘ ਜੀ ਦੀ। ਦੋਸਤੋ, ਤੁਹਾਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਵੀ ਕੈਨੇਡਾ ਜਾਣ ਦੇ ਚਾਹਵਾਨ ਨੇ ਉਹਨਾਂ ਲਈ ਇਹ ਖੁਸ਼ਖਬਰੀ ਹੈ ਕਿ ਜਿੰਨੇ ਪੈਸੇ ਪਹਿਲਾਂ ਕੈਨੇਡਾ ਜਾਣ ਲਈ ਵੀਜ਼ੇ ਦੇ ਉੱਤੇ ਖਰਚ ਕਰਨੇ ਪੈਂਦੇ ਸੀ ਹੁਣ ਕੈਨੇਡਾ ਸਰਕਾਰ ਨੇ ਉਸ ਤੋਂ ਅੱਧੇ ਕਰ ਦਿੱਤੇ ਨੇ। ਪਰ ਸਾਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਅਸੀਂ ਅੱਜ ਵੀ ਪਹਿਲਾਂ ਜਿੰਨੇ ਪੈਸੇ ਹੀ ਪੇ ਕਰੀ ਜਾਂਦੇ ਹਾਂ। ਇਸੇ ਲਈ ਕੱਲ੍ਹ ਤੱਕ ਦਿਹਾੜੀਆਂ ਕਰਨ ਵਾਲੇ ਅਤੇ ਪੈਂਚਰ ਲਾਉਣ ਵਾਲੇ ਏਜੰਟ ਅੱਜ ਲੱਖਾਂ ਕਰੋੜਾਂ ਅਰਬਾਂ ਦੇ ਮਾਲਕ ਬਣੇ ਬੈਠੇ ਨੇ। ਸੋ ਦੋਸਤੋ, ਇਹ ਹੈ ਸਿਰਫ ਸਾਡੀ ਜਾਣਕਾਰੀ ਦੇ ਅਭਾਵ ਕਰਕੇ, ਸਾਡੀ ਜਾਣਕਾਰੀ ਨਾ ਹੋਣ ਕਰਕੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੌਬ ਦੀ। ਜੇਕਰ ਦੋਸਤੋ ਤੁਸੀਂ ਕੈਨੇਡਾ ਨੂੰ ਜਾ ਰਹੇ ਹੋ ਅਤੇ ਆਪਣੇ ਲਈ ਕੋਈ ਜੌਬ ਲੱਭਣਾ ਚਾਹੁੰਦੇ ਹੋ ਤਾਂ ਹੁਣੀ ਫੋਨ ਚੱਕੋ ਅਤੇ ਉਸ ਦੇ ਉੱਤੇ ਕੈਨੇਡਾ ਜੌਬ ਬੈਂਕ ਦੀ ਆਫੀਸ਼ੀਅਲ ਸਾਈਟ ਦੇ ਉੱਤੇ ਸਰਚ ਮਾਰ ਕੇ ਉੱਥੇ ਤੁਸੀਂ ਆਪਣੇ ਲਈ ਜੌਬ ਲੱਭ ਸਕਦੇ ਹੋ। ਉੱਥੇ ਕੁਝ ਕੰਡੀਸ਼ਨਾਂ ਵੀ ਹੁੰਦੀਆਂ ਨੇ ਉਹਨਾਂ ਵੱਲੋਂ ਜੋ ਲਾਈਆਂ ਜਾਂਦੀਆਂ ਨੇ ਅਤੇ ਦੋਸਤੋ ਉੱਥੇ ਤੁਸੀਂ ਆਪਣੇ ਲਈ ਕੋਈ ਵੀ ਜੌਬ ਲੱਭ ਸਕਦੇ ਹੋ, ਕਿਉਂਕਿ ਉੱਥੇ ਫਾਰਮਰ ਦਿਹਾੜੀ ਜੋ ਜਿੱਦਾਂ ਦਾ ਵੀ ਤੁਸੀਂ ਕੰਮ ਕਰ ਸਕਦੇ ਹੋ ਉਹੀ ਜੌਬ ਤੁਹਾਨੂੰ ਮਿਲ ਸਕਦੀ ਹੈ। ਅਤੇ ਦੋਸਤੋ, 3 ਲੱਖ ਜਾਂ 4 ਲੱਖ ਦੇ ਵਿੱਚ ਕਿੱਦਾਂ ਕੈਨੇਡਾ ਦਾ ਵੀਜ਼ਾ ਪਾਇਆ ਜਾਵੇ, ਉਸ ਵੀਡੀਓ ਦਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ, ਉੱਥੇ ਜਾ ਕੇ ਜ਼ਰੂਰ ਚੈੱਕ ਕਰੋ ਅਤੇ ਇਹਨਾਂ ਏਜੰਟਾਂ ਦੇ ਛਲਾਵਿਆਂ ਤੋਂ ਬਚੋ।